ਇਹ ਜੀ ਰਾਤ ਸਦਰ ਸਾਡਾ ਜਿਹੜਾ ਬੱਬਰੀ ਨਾਕਾ ਉੱਥੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਸਦਰ ਪੁਲਿਸ ਵੱਲੋਂ ਅਤੇ ਸਪੈਸ਼ਲ ਟੀਮ ਵੱਲੋਂ। ਦੌਰਾਨੇ ਗੱਡੀਆਂ ਦੀ ਚੈਕਿੰਗ, ਇੱਕ ਇੰਡੀਕਾ ਗੱਡੀ ਸੀ ਦਿੱਲੀ ਨੰਬਰ, ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਜਦੋਂ ਉਹਨੂੰ ਚੈੱਕ ਕਰਨ ਲੱਗੇ ਤਾਂ ਪਿਛਲੀ ਸੀਟ 'ਤੇ ਉਹਨੇ ਚਾਦਰ ਪਾਈ ਹੋਈ ਸੀਗੀ ਅਤੇ ਉਹਨੇ ਜਦੋਂ ਉਹਨੂੰ ਚੈੱਕ ਕੀਤਾ ਉਹ 45 ਪੇਟੀਆਂ ਜਿਹੜੀਆਂ ਨਜਾਇਜ਼ ਸ਼ਰਾਬ ਸੀ। ਕਿਹੜਾ ਮਾਰਕਾ? ਇਹ ਜੀ ਪੰਜਾਬ ਕਲੱਬ ਵਿਸਕੀ ਕਰਕੇ ਸੀਗੀ। ਹਾਂਜੀ, ਇਹਦੇ ਦੱਸਣ ਮੁਤਾਬਕ ਵੀ ਅੰਮ੍ਰਿਤਸਰ ਤੋਂ ਲੈ ਕੇ ਆਇਆ ਬਾਈਪਾਸ ਤੋਂ ਅਤੇ ਇੱਥੇ ਇਹਨੇ ਬਾਈਪਾਸ 'ਤੇ ਕਿਸੇ ਨੂੰ ਦੇਣੀ। ਜਿਹੜੀ ਦਿੱਲੀ ਨੰਬਰ ਗੱਡੀ ਹੈ ਇਹਦਾ ਪਤਾ ਲੱਗਾ ਕਿਹਦੀ ਪਛਾਣ ਹੈ, ਕਿਹਦੇ ਨਾਂ 'ਤੇ ਜਾਂ ਵਾਰ ਵੀ ਤਾਂ? ਇਹ ਜੀ ਹਲੇ ਵੈਰੀਫਾਈ ਕਰਾ ਰਹੇ ਹਾਂ ਜੀ। ਕਿੰਨੇ ਬੰਦੇ ਵਿੱਚ? ਇਹਦੇ 'ਚ ਇੱਕ ਬੰਦਾ ਸੀ ਡਰਾਈਵਰ। ਗੁਰਦਾਸਪੁਰ ਨਾਲ ਸੰਬੰਧਿਤ ਕੋਈ ਹੈਗਾ ਜੀ? ਨਹੀਂ, ਗੁਰਦਾਸਪੁਰ ਨਾਲ ਸੰਬੰਧਿਤ ਨਹੀਂ, ਇਹ ਸਾਡੀ ਹਲੇ ਤਫਤੀਸ਼ ਚੱਲ ਰਹੀ ਹੈ, ਦੇਖ ਰਹੇ ਹਾਂ ਅਸੀਂ ਵੈਰੀਫਾਈ ਕਰਾਂਗੇ ਵੀ ਇੱਥੇ ਕਿਹਨੂੰ ਦੇਣੀ ਅਤੇ ਪਿੱਛੋਂ ਕਿਹੜੇ ਦੇ ਬੰਦੇ ਤੋਂ ਲੈ ਕੇ ਆਇਆ ਸੀ। ਇਹ ਪਹਿਲਾਂ ਵੀ ਇੱਦਾਂ ਦੇ ਕੋਈ ਵੇਚਦੇ ਸੀ? ਹਾਂਜੀ, ਪਹਿਲਾਂ ਵੀ ਅਸੀਂ ਕਈ ਵਾਰੀ ਜਿਹੜੀ ਆ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਆਉਂਦੀ ਆ। ਹਾਂਜੀ, ਇਹ 61-14 ਇਹਨਾਂ ਕੋਲ ਪਹਿਲਾਂ ਹੀ ਮਾਮਲਾ ਦਰਜ ਆਇਆ ਕੋਈ ਐਂਡੀ ਕਿਸੇ ਜਗ੍ਹਾ ਹੋਰ? ਨਹੀਂ ਜੀ, ਇਹ ਤਾਂ ਕੋਈ ਪਹਿਲਾ ਮੁਕੱਦਮਾ ਕੋਈ ਨਹੀਂ। ਪਹਿਲੀ ਵਾਰੀ ਇਹ ਟਰਾਈ ਕਰ ਰਹੇ? ਹਾਂਜੀ, ਇਹਦੇ ਦੱਸਣ ਮੁਤਾਬਕ ਨੇ ਦੂਜਾ ਕਿਹੜਾ ਸੀ? ਚੈੱਕ ਦਿਨ ਲਾਇਆ ਤੋਂ ਉਪਰੋਂ ਪਹਿਲਾਂ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ, ਐਕਸਾਈਜ਼ ਸਦੇ ਇੰਸਪੈਕਟਰ ਸਾਹਿਬ ਉਹ ਦੱਸਣਗੇ। ਪਹਿਲਾ ਕਿਹੜਾ ਕਿੱਥੋਂ ਲੈ ਕੇ ਮੰਨੇ ਕਿ ਕਿੱਥੇ ਲੈ ਕੇ? ਉਹ ਵੀ ਕਹਿੰਦਾ ਵੀ ਇੱਥੋਂ ਅੰਮ੍ਰਿਤਸਰੋਂ ਲਿਆ ਕੇ ਇੱਥੇ ਦਿੱਤੀ ਹੈ ਗੁਰਦਾਸਪੁਰ। ਕੋਈ ਅੰਮ੍ਰਿਤਸਰ ਬੰਦਾ ਜਿਹੜਾ ਕੋਈ ਤਸਕਰ ਹੋ ਜਾਏ? ਹਾਂਜੀ, ਉਹਨੇ ਸਾਨੂੰ ਦੱਸਿਆ ਉਹਦੀ ਅਸੀਂ ਕਰਾਂਗੇ ਵੈਰੀਫਾਈ, ਫਿਰ ਉਹਨੂੰ ਵਿੱਚ ਇਨਵੋਲਵ ਕਰਾਂਗੇ। ਇਹ ਜੀ ਰਾਤ ਸਦਰ ਸਾਡਾ ਜਿਹੜਾ ਬੱਬਰੀ ਨਾਕਾ ਉੱਥੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਸਦਰ ਪੁਲਿਸ ਵੱਲੋਂ ਅਤੇ ਸਪੈਸ਼ਲ ਟੀਮ ਵੱਲੋਂ। ਦੌਰਾਨੇ ਗੱਡੀਆਂ ਦੀ ਚੈਕਿੰਗ, ਇੱਕ ਇੰਡੀਕਾ ਗੱਡੀ ਸੀ ਦਿੱਲੀ ਨੰਬਰ, ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਜਦੋਂ ਉਹਨੂੰ ਚੈੱਕ ਕਰਨ ਲੱਗੇ ਤਾਂ ਪਿਛਲੀ ਸੀਟ 'ਤੇ ਉਹਨੇ ਚਾਦਰ ਪਾਈ ਹੋਈ ਸੀਗੀ ਅਤੇ ਉਹਨੇ ਜਦੋਂ ਉਹਨੂੰ ਚੈੱਕ ਕੀਤਾ ਉਹ 45 ਪੇਟੀਆਂ ਜਿਹੜੀਆਂ ਨਜਾਇਜ਼ ਸ਼ਰਾਬ ਸੀ। ਕਿਹੜਾ ਮਾਰਕਾ? ਇਹ ਜੀ ਪੰਜਾਬ ਕਲੱਬ ਵਿਸਕੀ ਕਰਕੇ ਸੀਗੀ। ਹਾਂਜੀ, ਇਹਦੇ ਦੱਸਣ ਮੁਤਾਬਕ ਵੀ ਅੰਮ੍ਰਿਤਸਰ ਤੋਂ ਲੈ ਕੇ ਆਇਆ ਬਾਈਪਾਸ ਤੋਂ ਅਤੇ ਇੱਥੇ ਇਹਨੇ ਬਾਈਪਾਸ 'ਤੇ ਕਿਸੇ ਨੂੰ ਦੇਣੀ। ਜਿਹੜੀ ਦਿੱਲੀ ਨੰਬਰ ਗੱਡੀ ਹੈ ਇਹਦਾ ਪਤਾ ਲੱਗਾ ਭਾਈ ਕਿਹਦੀ ਪਛਾਣ ਹੈ, ਕਿਹਦੇ ਨਾਂ 'ਤੇ ਜਾਂ ਵਾਰ ਵੀ ਤਾਂ? ਇਹ ਜੀ ਹਲੇ ਵੈਰੀਫਾਈ ਕਰਾ ਰਹੇ ਹਾਂ ਜੀ। ਕਿੰਨੇ ਬੰਦੇ ਵਿੱਚ? ਇਹਦੇ 'ਚ ਇੱਕ ਬੰਦਾ ਸੀ ਡਰਾਈਵਰ। ਗੁਰਦਾਸਪੁਰ ਨਾਲ ਸੰਬੰਧਿਤ ਕੋਈ ਹੈਗਾ ਜੀ? ਨਹੀਂ, ਗੁਰਦਾਸਪੁਰ ਨਾਲ ਸੰਬੰਧਿਤ ਨਹੀਂ, ਇਹ ਸਾਡੀ ਹਲੇ ਤਫਤੀਸ਼ ਚੱਲ ਰਹੀ ਹੈ, ਦੇਖ ਰਹੇ ਹਾਂ ਅਸੀਂ ਵੈਰੀਫਾਈ ਕਰਾਂਗੇ ਵੀ ਇੱਥੇ ਕਿਹਨੂੰ ਦੇਣੀ ਅਤੇ ਪਿੱਛੋਂ ਕਿਹੜੇ ਦੇ ਬੰਦੇ ਤੋਂ ਲੈ ਕੇ ਆਇਆ ਸੀ। ਇਹ ਪਹਿਲਾਂ ਵੀ ਇੱਦਾਂ ਦੇ ਕੋਈ ਵੇਚਦੇ ਸੀ? ਹਾਂਜੀ, ਪਹਿਲਾਂ ਵੀ ਅਸੀਂ ਕਈ ਵਾਰੀ ਜਿਹੜੀ ਆ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਆਉਂਦੀ ਆ। ਹਾਂਜੀ, ਇਹ 61-14 ਇਹਨਾਂ ਕੋਲ ਪਹਿਲਾਂ ਹੀ ਮਾਮਲਾ ਦਰਜ ਆਇਆ ਕੋਈ ਐਂਡੀ ਕਿਸੇ ਜਗ੍ਹਾ ਹੋਰ? ਨਹੀਂ ਜੀ, ਇਹ ਤਾਂ ਕੋਈ ਪਹਿਲਾ ਮੁਕੱਦਮਾ ਕੋਈ ਨਹੀਂ। ਪਹਿਲੀ ਵਾਰੀ ਇਹ ਟਰਾਈ ਕਰ ਰਹੇ? ਹਾਂਜੀ, ਇਹਦੇ ਦੱਸਣ ਮੁਤਾਬਕ ਨੇ ਦੂਜਾ ਕਿਹੜਾ ਸੀ? ਚੈੱਕ ਦਿਨ ਲਾਇਆ ਤੋਂ ਉਪਰੋਂ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ, ਐਕਸਾਈਜ਼ ਸਦੇ ਇੰਸਪੈਕਟਰ ਸਾਹਿਬ ਉਹ ਦੱਸਣਗੇ। ਪਹਿਲਾਂ ਕਿਹੜਾ ਕਿੱਥੋਂ ਲੈ ਕੇ ਮੰਨੇ ਕਿ ਕਿੱਥੇ ਲੈ ਕੇ? ਉਹ ਵੀ ਕਹਿੰਦਾ ਵੀ ਇੱਥੋਂ ਅੰਮ੍ਰਿਤਸਰੋਂ ਲਿਆ ਕੇ ਇੱਥੇ ਦਿੱਤੀ ਹੈ ਗੁਰਦਾਸਪੁਰ। ਕੋਈ ਅੰਮ੍ਰਿਤਸਰ ਬੰਦਾ ਜਿਹੜਾ ਕੋਈ ਤਸਕਰ ਹੋ ਜਾਏ? ਹਾਂਜੀ, ਉਹਨੇ ਸਾਨੂੰ ਦੱਸਿਆ ਉਹਦੀ ਅਸੀਂ ਕਰਾਂਗੇ ਵੈਰੀਫਾਈ, ਫਿਰ ਉਹਨੂੰ ਵਿੱਚ ਇਨਵੋਲਵ ਕਰਾਂਗੇ।